ਅਸਲਾਮੁਅਲੈਕਮ ਤੇ ਜੀ ਆਇਆਂ ਨੂੰ ਨਾਜ਼ਰਿਨ ਮੈਂ ਤੁਹਾਡੀ ਹੋਸਟ ਰਕਾਸ਼ਾ ਗੁਲ ਤੇ ਤੁਸੀਂ ਵੇਖ ਰਹੇ ਹੋ ਸਾਰੇ ਰੰਗ ਪੰਜਾਬ ਦੇ ਨਾਜ਼ਰਿਨ ਅੱਜ ਗੱਲਬਾਤ ਸ਼ੁਰੂ ਕਰਾਂਗੇ ਸਾਡੇ ਖਾਸ ਮਹਿਮਾਨਾਂ ਵੱਲੋਂ ਆਫਤਾਬ ਇਕਬਾਲ ਸਾਹਿਬ ਤੇ ਉਹਨਾਂ ਦੇ ਨਾਲ ਮੌਜੂਦ ਨੇ ਸੈਦ ਮਿਓ ਸਾਹਿਬ ਜਿਨ੍ਹਾਂ ਦੇ ਬਾਰੇ ਚ ਕਿਹਾ ਜਾਂਦਾ ਹੈ ਕਿ ਪਹਿਲੇ ਦਿਨ ਤੋਂ ਇਮਰਾਨ ਖਾਨ ਸਾਹਿਬ ਦੇ ਨਾਲ ਨੇ ਜੀ ਸਰ ਜੀ ਮਿਓ ਸਾਹਿਬ ਅਸੀਂ ਤੁਹਾਨੂੰ ਖੁਸ਼ਾਮਦਿਦ ਕਹਿੰਨੇ ਆ ਤੁਹਾਡੀ ਰਾਇਸ਼ ਕੈਨੇਡਾ ਹੈ ਇਹਨਾਂ ਨੇ ਪਹਿਲੇ ਦਿਨ ਤੋਂ ਇਮਰਾਨ ਖਾਨ ਦੇ ਨਾਲ ਇੱਕ ਸਪੋਰਟ ਵਾਲਾ ਸਿਲਸਿਲਾ ਜਾਰੀ ਰੱਖਿਆ ਔਰ ਖਾਸ ਤੌਰ ਤੇ ਇਹਨਾਂ ਦਾ ਜਿਹੜਾ ਸ਼ੌਕਤ ਖਾਨਮ ਪ੍ਰੋਜੈਕਟ ਸੀ ਹਾਂਜੀ ਪਹਿਲੀ ਇਟ ਜਿਹੜੀ ਇਹਨਾਂ ਦੀ ਮੌਜੂਦਗੀ ਚ ਲੱਗੀ ਸੀ ਵਾ ਵਾ ਜਦੋਂ ਇਹ ਪਾਰਟੀ ਬਣੀ ਉਦੋਂ ਵੀ ਇਹ ਨਾਲ ਸਨ ਪੇਸ਼ पे ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਨਾਲ ਨੇ ਔਰ ਇਹਨਾਂ ਦਾ ਕੋਈ ਸਿਆਸੀ ਏਜੰਡਾ ਕੋਈ ਐਸਾ ਕਾਰ ਫਰਮਾਨ ਨਹੀਂ ਇਹ ਸਿਰਫ ਉਹਨੂੰ ਪਿਆਰ ਕਰਦੇ ਨੇ ਆਪਣਾ ਹੀਰੋ ਮੰਨਦੇ ਨੇ ਕਿਉਂਕਿ ਉਹਦੇ ਵਿੱਚ ਇੱਕ ਪਾਕਿਸਤਾਨ ਨਜ਼ਰ ਆਂਦਾ ਹੈ। ਬੇਸ਼ੱਕ। ਜੈਸੀ ਤੁਹਾਨੂੰ ਜਨਾਬ ਖੁਸ਼ਾਮਦਿਦ ਕਰਨੇ ਆ। ਬਹੁਤ ਸ਼ੁਕਰੀਆ ਜੀ। ਤੁਸੀਂ ਤੁਹਾਨੂੰ ਅੱਜ ਰੌਣਕ ਬਖਸ਼ੀਏ ਔਰ ਇਹ سلسلہ ਪਰਮਨੈਂਟਲੀ ਰਹੇਗਾ ਇਸ ਲਈ ਕਿ ਮੌਸੂਫ ਇੱਥੇ ਮੂਵ ਹੋ ਗਏ ਨੇ। ਵੋ ਵੋ। ਕੈਨੇਡਾ ਵੀ ਆਂਦੇ ਜਾਂਦੇ ਰਹਿਣਗੇ ਲੇਕਿਨ ਜ਼ਿਆਦਾਤਰ ਕਿ ਬਿਲਕੁਲ ਨਾਲ ਸਾਡੇ ਗਵਾਂਡੇ 'ਚ। ਜੀ ਜੀ ਸਾਡੇ ਡੇਰੇ ਦੇ ਨਾਲ ਹੀ ਡੇਰਾ ਇਹਨਾਂ ਦਾ। ਜੀ ਜੀ ਤੇ ਇਨਸ਼ਾਅੱਲਾ ਆਂਦੇ ਜਾਂਦੇ ਰਹਿਣਗੇ। ਤੇ ਚੌਧਰੀ ਸਾਹਿਬ ਨੇ ਬੜਾ ਜੈਨਰਸਲੀ ਇਹਨਾਂ ਨੂੰ ਇਨਵੀਟੇਸ਼ਨ ਦਿੱਤੀ ਹੈ ਕਿ ਹਰ ਦੂਸਰੇ ਤੀਸਰੇ ਦਿਨ ਜੇਸ ਦਿਨ ਮੌਕਾ ਮਿਲੇ ਸਾਡੇ ਕੋਲ تشریف ਲਿਆ ਕਰੋ ਭਾਈ ਜਨ ਇਹ ਦਸੋ ਕਿ اج ਜਿਹੜੀ ਸੂਰਤ ਹੈ ਹਾਲ ਅੱਜ ইমরান ਖਾਨ ਸਾਹਮਣਾ ਕਰ ਰਿਹਾ ਹੈ ਜੀ 인 ਦੀ ਵਜੂਹਾਂ ਕੀ ਬਨੀਆਂ ਕੁ ਚਾਰ ਪੰਜ ਮੋਟੀਆਂ ਮੋਟੀਆਂ ਵਜੂਹਾਂ ਦਸੋ ਸਭ ਤੋਂ ਪਹਿਲੇ ਤੇ ਜੀ ਮੈਂ ਸਰ ਸਾਬ ਤੁਹਾਡਾ ਆਪਤਾਪ ਸਾਬ ਤੁਹਾਡਾ ਇਸ ਟੀਮ ਦਾ ਸ਼ੁਕਰੀਆ ਅਦਾ ਕਰਦਾ ਦਿਲ ਦੀ ਅ타 ਗਹਿਰਾਈਆਂ ਤੋਂ ਕਿ ਤੁਸੀਂ ਬੁਲਾਇਆ ਸਵਾਲ ਪੁੱਛਿਆ ਤੁਸੀਂ ਕਿ ਮੋਟੀ ਮੋਟੀ ਚੀਜ਼ਾਂ ਨੇ ਅੱਜ ਹਰ ਬੰਦਾ ਜਾਣਦਾ ਹੈਗਾ ਹੈ ਕਿ ਅਸੀਂ ਇਸ ਸਟੇਜ ਤੇ ਕਿਉਂ ਪਹੁੰਚਿਆ ਮੇਰੇ ਨਜ਼ਦੀਕ ਹਫਤਾ ਸਾਹਿਬ ਇੱਕ ਚੀਜ਼ ਹੈਗੀ ਹੈ ਕਿ ইমরান ਖਾਨ ਜਿਹੜਾ ਮੇਰਾ ਕਪਤਾਨ ਨੇ ਅੱਲਾਹ ਪਾਕ ਉਹਨੂੰ ਮੇਰੀ ਵੀ ਉਮਰ ਲਾ ਦੇ ਉਹ ਪਾਕਿਸਤਾਨ ਦੀ ਗੱਲ ਕਰਦਾ ਪਾਕਿਸਤਾਨ ਵਾਸਤੇ ਸੋਚਦਾ ਪਾਕਿਸਤਾਨ ਦੇ ادارے ਵਾਸਤੇ ਗੱਲ ਕਰਦਾ ਹੈਗਾ ਸਾਡੀ ਇੱਕ ਸੈਟਬੈਕ ਹੈ ਸਾਡਾ ਇੱਕ ਪ੍ਰੋਬਲਮ ਹੈਗੀ ਹੈ ਕਿ ਅਗਰ ਅਸੀਂ ਇਸ ਦੇਰੇ ਤੇ ਪਿੰਡ ਦੇ ਵਿੱਚ ਬੈਠੇ ਗਏ ਆ ਤੁਹਾਡੇ ਮੀਡੀਆ ਨੇ ਤੁਹਾਡੇ ਅਖਬਾਰ ਨੇ ਤੁਹਾਡੇ ਨਿਊਜ਼ਪੇਪਰ ਨੇ ਇਹਨਾਂ ਨੂੰ ਇੰਨੀ ਇੱਕ ਜਾਗਰਤੀ ਦੇਤੀ ਇਹਨਾਂ ਕਿ ਇਹਨਾਂ ਨੂੰ ਰਾਦਰ ਦੱਸ ਦਿੱਤੇ ਗਏ ਨੇ ਕਿ ਨਹੀਂ ਅੱਜ ਅਸੀਂ ਇਸ ਚੀਜ਼ ਤੇ ਜਾ ਕੇ ਇਸ ਚੀਜ਼ ਦਾ ਫੈਸਲਾ ਕਰਨ ਦੀ ਪੋਜੀਸ਼ਨ 'ਚ ਹੈਗੇ ਆ। ਲੇਕਿਨ ਬਦਕਿਸਮਤੀ ਨਾਲ ਇਹ ਵੀ ਸਾਨੂੰ ਚੀਜ਼ ਮੱਦੇਨਜ਼ਰ ਰੱਖਣੀ ਚਾਹੀਦੀ ਹੈ ਕਿ ਜਿਹੜੀ 엘ਿਟ ਕਲਾਸ ਹੈ ਜਿਸ ਨੂੰ ਖਾਨ ਰਿਪਰੈਜ਼ੈਂਟ ਕਰਦਾ ਜਿਹੜੇ ਲੋਕਾਂ 'ਸੇ ਉਹ ਗੱਲ ਕਰਦਾ ਹੈਗਾ ਉਹਨਾਂ ਦੀ ਸੋਚ ਤੇ ਤੇ ਜਿਹੜਾ ਇੱਕ ਆਮ ਪਿੰਡ ਦਾ ਵਾਸੀ ਹੈਗਾ ਜਿਹੜਾ ਇੱਕ ਆਮ ਮਜ਼ਦੂਰ ਹੈਗਾ ਜਿਹੜਾ ਇੱਕ ਆਮ ਦੁਕਾਨਦਾਰ ਹੈਗਾ ਇੱਕ ਆਮ ਰੇੜੀ ਵਾਲਾ ਹੈਗਾ ਉੱਥੇ ਤੀਕਰ ਖਾਨ ਨੂੰ ਉਹ ਸਪੋਰਟ ਨਹੀਂ ਮਿਲ ਸਕੇ ਜਿਹੜੀ ਕਿ ਸਾਡੀ ਇੱਕ ਫੇਲਿਅਰ ਦੀ ਇੱਕ ਮੈਂ ਮੇਨ ਵਜ੍ਹਾ ਮੰਨਦਾ ਹਾਂ ਅਸੀਂ ਗੱਲ ਕਰ ਰਹੇ ਹਾਂ ਅਗਰ ਇੱਕ ਪ੍ਰਾਇਮਰੀ ਸਕੂਲ ਦਾ ਬੱਚਾ ਇੱਥੋਂ ਹੀ ਪੜਿਆ ਹੈਗਾ ਹੈ ਹੇਅਰਪਿੰਡ ਚੋਂ ਤੇ ਤੁਸੀਂ ਉਹਨੂੰ ਕੰਪੇਅਰ ਕਰਦੇ ਹੋ ਕਿ ਜੀ ਉਹ ਅਚੀਚਨ ਜਾਂ ਕਿਸੇ ਬੀਕਨ ਹਾਊਸ ਦੇ ਵਿੱਚ ਬੱਚੇ ਨਾਲ ਬੈਠ ਕੇ ਉਹਦਾ ਆਈਕਿਊ ਲੈਵਲ ਇੱਕ ਹੋਵੇਗਾ ਹੋ ਸਕਦਾ ਉਹ ਟਾਰਟ ਤੇ ਬੱਚਾ ਪੜਨ ਵਾਲਾ ਮੇਰੇ ਤੁਹਾਡੇ ਵਾਂਗੂ ਜ਼ਹੀਨ ਹੋਵੇ ਲੇਕਿਨ ਉਹਦੀ ਅਪਰੋਚ ਉਸ ਚੀਜ਼ ਤੱਕ ਪਹੁੰਚਣ ਲੱਗੀ ਉਹਨੂੰ 10-15 ਸਾਲ ਲੱਗਦੇ ਨੇ ਇਹ ਅਸੀਂ ਇਸ ਦੁਨੀਆਦਾਰੀ से देखਦੇ ਪਏ ਆਂ वेरी ट्रू इमरान खान ਜਿਹੜਾ ਮੇਰਾ ਕਾਇਦੇਗਾ ਜਿੰਦੇ ਨਾਲ ਮੈਂ ਉਸ ਦਿਨ ਤੋਂ ਟੁਰਿਆ ਵਾਂ ਜਦੋਂ ਕੋਈ ਵੀ ਨਹੀਂ ਸੀ ਹੁਣ ਅਸੀਂ ਕੁਝ ਗਲਤੀਆਂ ਨਹੀਂ ਕੀਤੀਆਂ ਅਸੀਂ ਕਈ ਗਲਤੀਆਂ ਕੀਤੀਆਂ ਨੇ ਫਸਟ ਆਫ ਆਲ ਮੈਂ ਮੰਨਣਾ ਵਾਂ ਕਿ ਸਾਡੀ ਤਿਆਰੀ ਨਹੀਂ ਹੈਗੀ ਸੀ ਹਮਾਕਤਾਆਂ ਕੀਤੀਆਂ ਨੇ ਮੈਂ ਹਮਾਕਤਾਆਂ ਕਹਿ ਲਓ ਬਲੰਡਰਸ ਕਹਿ ਲਓ ਜੋ ਵੀ ਹੈ ਸਾਡੀ ਉਹ ਤਿਆਰੀ ਨਹੀਂ ਸੀ ਜਿਹੜੀ ਅਸੀਂ ਪਬਲਿਕ ਨੂੰ ਆ ਕੇ ਕਿਹਾ ਕਿ ਅਸੀਂ ਇੰਜ ਕਰਦੇਾਂਗੇ ਸਾਡੇ ਕੋਲ ਇਹ ਚੀਜ਼ ਹੈਗੀ ਸਾਡੇ ਕੋਲ ਉਹ ਚੀਜ਼ ਹੈਗੀ ਸਾਨੂੰ ਉਹ ਮੰਨਣੀ ਚਾਹੀਦੀ ਹੈਗੀ ਹੈ ਕਿਉਂਕਿ ਮੈਂ ਅੱਜ ਖਾਨ ਨੂੰ ਪ੍ਰਾਈਮ ਮਿਨਿਸਟਰ ਆਪਣੀ ਜਗ੍ਹਾ ਤੇ ਬੜਾ ਛੋਟਾ ਜਨ ਉਹਦਾ ਹੈਗਾ ਹੁੰਦੇ ਆਸਤੇ ਉਹ ਪ੍ਰਾਈਮ ਮਿਨਿਸਟਰ ਤੋਂ ਬਹੁਤ ਅੱਗੇ ਦੀ ਚੀਜ਼ ਹੈ ਬਿਲਕੁਲ ਸਹੀ ਹੈ ਉਹ ਸਾਡੇ ਹੀਰੋ ਨੇ ਵਾਹ ਬਿਲਕੁਲ ਉਹ ਪੂਰੀ ਮੁਸਲਮਾਨ ਉਮਮਤ ਦੇ ਹੀਰੋ ਨੇ ਸਹੀ ਕਹਿ ਰਹੇ ਹੋ ਇਸ ਵਕਤ ਪੂਰੀ ਦੁਨੀਆ ਉਹਨੂੰ ਦੇਖ ਰਹੀ ਹੈ ਬਿਲਕੁਲ ਮੈਂ ਇੱਕ ਛੋਟੀ ਜੀ ਤੁਹਾਡੀ ਇਸ ਗੱਲ 'ਚ ਐਡ ਕਰਦਾ ਜਾਵਾਂ ਜਿਹੜੀ ਖਾਨ ਦੀ ਸਪੀਚ ਪੂਰੇ ਇੰਡੀਆ ਦੇ ਵਿੱਚ ਲਾਈਵ ਦਿਖਾਈ ਗਈ ਹੈ ਹਾਂਜੀ ਬਿਲਕੁਲ ਜੱਵੀ ਚੈਨਲਸ ਨੇ 24 ਚੈਨਲਸ 'ਤੇ ਲਾਈਵ ਦਿਖਾਈ ਕਿਉਂ ਦਿਖਾਈ ਗਈ ਆ ਉਹਨਾਂ ਦਾ ਕੀ ਹੰਦੇ 'ਚ ਮਕਸਦ ਹੋ ਸਕਦਾ ਕਿਉਂ ਉਹਨਾਂ ਨੂੰ ਦਿਲਚਸਪੀ ਹੋਏਗੀ ਐ ਹਾ ਗਿਆ ਵਾਂ ਮੈਂ ਇਸ ਕੌਮ ਤੋਂ ਫੈਡ ਅਪ ਹੋ ਗਿਆ ਮੈਂ ਅਸਤੀਫਾ ਦੇ ਕੇ ਘਰ ਚਲਾ ਜਾਏਗਾ ਨਹੀਂ ਉਹ ਵਾਕਿਆ ਹੀ ਉਸ ਗੱਲ ਤੇ ਸੀ ਕਿ ਜੀ ਮੈਂ ਲੜਾਂਗਾ ਆਖਰੀ ਗਿਣਤੀ ਕਰ ਕਿ ਅਸੀਂ ਇਨਸ਼ਾਅੱਲਾ ਲੜਾਂਗੇ ਉੱਥੇ ਫਿਰ مایوسی ਫੈਲਾਈ ਆ ਤੇ ਮੈਂ ਇੱਕ ਸਾਡੇ ਆਪਣੇ ਇੱਥੇ ਚੈਨਲ ਦੇ ਬੜੇ ਮਸ਼ਹੂਰ ਐਂਕਰ ਨੇ ਉਹ ਉਸ ਸਪੀਚ ਸੌਂ ਰਿਆ ਸੀ ਤੇ ਉਹਨੂੰ ਨਹੀਂ ਸੀ ਪਤਾ ਕਿ ਜੀ ਕੈਮਰਾ ਮੇਰੇ ਅੱਲੇ ਆ ਜਾਏਗਾ ਤਾਂ ਜ਼ੁਬਾਨ ਦਿਖਾ ਰਿਹਾ ਸੀ ਅੱਛਾ ਯੈਸ ਅੱਛਾ ਵਾ ਯੈਸ ਜਦੋਂ ਉਹ ਕੈਮਰਾ ਆਇਆ ਉਹ ਖਿਸਿਆਣੀ ਬਿੱਲੀ ਖੰਭਾ ਨੱਚੇ ਜੀ ਉਹ ਕਵਰ ਕਰਨ ਦੀ ਹਾਂਜੀ ਹਾਂਜੀ ਐਸਾ ਹੀ ਹੋਣਾ ਚਾਹੀਦਾ ਹਮੇ ਯਹੀ ਤੋ ਲੇਕਿਨ ਉਹ ਜ਼ੁਬਾਨ ਦਿਖਾ ਰਿਹਾ ਸੀ ਕਿ ਕੀ ਕਰ ਰਿਹਾ ਹੈਗਾ ਹਨਾ ਮਤਲਬ ਇੱਥੇ ਵੀ ਸਾਡੇ ਕੋਲ ਟਿਚਕਰ ਟਿਚਕਰ ਦਾ ਇੱਕ ਅੰਦਾਜ਼ ਹੈ ਕਿ ਇਹ ਹੈ ਹਾਂ ਇੰਜ ਕਰਕੇ ਇਹ ਮਤਲਬ ਕਿ ਉਹ ਕਿੱਥੇ ਬੋਲ ਰਹੇ ਨੇ ਕਿੱਥੇ ਚੱਲ ਰਹੇ ਨੇ ਇਹ ਉਦੋਂ ਖਾਲੀ ਗੱਲ ਹੈਗੀ ਹੈ ਸਾਡੀ ਹਫਤਾ ਹਫਤਾ ਸਭ ਤਿਆਰੀ ਨਹੀਂ ਸੀ ਅਸੀਂ ਇਸ ਚੀਜ਼ ਦੇ ਉੱਤੇ ਸਾਨੂੰ ਕੌਮ ਨੂੰ ਕਹਿਣਾ ਚਾਹੀਦਾ ਹੈਗਾ ਕਿ ਅਗਰ ਅਸੀਂ ਖੂਚੇ ਉੱਤਰ ਰਹੇ ਹਾਂ ਅਸੀਂ ਤਿਆਰ ਸੀ ਖੂਦ ਹੀ ਗਹਿਰਾਈ ਦਾ ਤਾਂ ਪਤਾ ਸੀ ਕਿੰਨੇ ਚ ਇੰਨਾ ਪਾਣੀ ਹੈਗਾ ਸਹੀ ਲੇਕਿਨ ਖੂਦ ਦੇ ਵਿੱਚ ਦਲਦਲ ਕਿੰਨੀ ਹੈ ਕੀਚੜ ਕਿੰਨੀ ਹੈ ਰੇਤ ਕਿੰਨੀ ਹੈ ਕੀ ਉਹਦੇ ਚ ਜਾਲੇ ਕਿੰਨੇ ਨੇ ਉਹਦੇ ਚ ਮਕੜੇ ਕਿੰਨੇ ਨੇ ਅਸੀਂ ਉਹਦੇ ਚ ਕਿਸ ਤਰ੍ਹਾਂ ਕਿਉਂਕਿ ਸਾਡਾ ਕੋਈ ਤਜਰਬਾ ਨਹੀਂ ਸੀ 30 ਸਾਲ ਦੀਆਂ ਚੀਜ਼ਾਂ ਦੇ ਵਿੱਚ ਜਿਵੇਂ ਫਸਾਇਆ ਗਿਆ ਜਾਂ ਫਸ ਗਏ ਬਿਲਕੁਲ ਕੋਸ਼ਿਸ਼ ਤਾਂ ਅਸੀਂ ਕਰਦੇ ਆ 96 ਤੋਂ ਸਿਆਸਤ ਦੇ ਵਿੱਚ ਹਾਂਜੀ ਲੇਕਿਨ ਸਾਨੂੰ ਇੱਕ ਤਿਆਰੀ ਕਰਨੀ ਚਾਹੀਦੀ ਸੀ ਉਹ ਨਹੀਂ ਹੈਗੀ ਸੀ ਅਸੀਂ ਲੋਕਾਂ ਨੂੰ ਇਹ ਗੱਲ ਆਖੀ ਕਿ ਸਾਡੇ ਕੋਲ ਇੱਕ ਫੈਰੋਰਲ ਟੀਮ ਮੌਜੂਦ ਹੈਗੀ ਸਾਡੇ ਕੋਲ ਨਹੀਂ ਹੈਗੀ ਸੀ ਸਾਡੇ ਕੋਲ ਨਾ ਤਜਰਬਾਕਾਰ ਲੋਕਾਂ ਦੀ ਫਿਰ ਜਿਹੜੇ ਅਸੀਂ ਇੱਕ ਇਲੈਕਟੇਬਲਸ ਦੀ ਫੌਜ ਜ਼ਫਰ ਮੌਜ ਭਰਤੀ ਕੀਤੀ ਆਪਣੇ ਨਾਲ ਜਿਨ੍ਹਾਂ ਨੇ ਆ ਕੇ ਹੁਣ ਸਾਡੇ ਹੂੰ ਛੋਡੇ ਲਾਏ ਨੇ ਉਹ ਜਿਹੜੇ ਤੁਹਾਡੇ ਵਫਾਦਾਰ ਸਨ ਬੜੇ ਸਰ ਵਫਾਦਾਰ ਨਹੀਂ ਸਨ ਲੇਕਿਨ ਉਹ ਜਿਨ੍ਹਾਂ ਦੇ ਕਹਿਣ ਤੇ ਆਏ ਤੇ ਉਹਨਾਂ ਦੇ ਕਹਿਣ ਤੇ ਅੱਗੇ ਪਿੱਛੇ ਵੀ ਹੋ ਗਏ ਇਹ ਉਡਾਰੀ ਮਾਰਦਣ ਵਾਲੇ ਪੰਛੀ ਹੁੰਦੇ ਨੇ ਇਹ ਅੱਜ ਇੱਥੇ ਨੇ ਕੱਲ ਉੱਥੇ ਹੋਣਗੇ ਇਹਨਾਂ ਦੀ ਇਸ ਕੌਮ ਨੇ ਹੁਣ ਜਿਹੜੀ ਖਾਨ ਨੇ ਗੱਲ ਆ ਕਿ ਇਹਨਾਂ ਨੂੰ ਪਹਿਚਾਨ ਲਵੋ ਉਹ ਕਿਸੇ ਵੀ ਜਗ੍ਹਾ ਤੇ ਇਹ ਤਾਂ ਸਿਰਫ ਸੀ ਸਾਡੇ ਕੋਲੋਂ ਜੋੜੇ ਇਲੈਕਟੇਬਲਸ ਗਏ ਨੇ ਲੇਕਿਨ ਜਿਹੜਾ ਐਕਚੁਅਲੀ ਉਸ ਲੈਟਰ ਦੇ ਉੱਤੇ ਜਿਹੜੇ ਉਹਨਾਂ ਦੇ ਪਲੈਨਰਸ ਹੈਗੇ ਨੇ ਜਿਹੜੇ ਉਹਨਾਂ ਦੇ ਮਾਸਟਰ ਮਾਈਂਡਰਸ ਹੈਗੇ ਨੇ ਉਹ ਵੀ ਐਸ ਦੇ ਵਿੱਚ ਕਾਬਲੇ ਸਜ਼ਾ ਨੇ OVS ਕੌਮ ਦਾ ਮੈਂ ਰਿਕਵੈਸਟ ਕਰਦਾ ਹਾਂ ਤੁਹਾਡੇ ਇਸ ਪ੍ਰੋਗਰਾਮ ਦੀ ਮناسبਾ ਉਹਨਾਂ ਦਾ ਵੀ ਮੁਹਾਸਬਾ ਹੋਣਾ ਚਾਹੀਦਾ ਹੈ ਜਿਹੜੇ ਫੈਸਿਲਿਟੇਟਰਸ ਨੇ ਇੰਟਰਨੈਸ਼ਨਲ ਸਹੂਲਤਕਾਰ ਕਹਿੰਦੇ ਆ ਕਿ ਕੋਈ ਇੱਥੇ ਕੋਈ ਵੀ ਹਾਦਸਾ ਹੁੰਦਾ ਸੀ ਤਾਂ ਅਸੀਂ ਸਹੂਲਤਕਾਰ ਲੱਭਦੇ ਆ ਇਹ ਸਹੂਲਤਕਾਰ ਐਸ ਵਕਤ ਓਪਨ ਹੋ ਚੁੱਕੇ ਨੇ ਅਸੀਂ ਕੁਝ ਕਹਿੰਦੇ ਨਹੀਂ ਉਹਨੂੰ ਸੈਦ ਮਯੂਦ ਸਾਹਿਬ ਅਸੀਂ ਕਮਸ ਕਮ ਦਿਲੋਂ ਬੁਰਾ ਜ਼ਰੂਰ ਸਮਝਦੇ ਬਿਲਕੁਲ ਅਸੀਂ ਕੁਝ ਕਹਿ ਸਕਦੇ ਨਹੀਂ ਆ ਨਾ ਇਸ ਲਈ ਕਿ ਜਿਹੜੀਆਂ ਕਵਤਾ ਨੇ ਜਿਹੜੇ ادارے ਨੇ ਜਿਨ੍ਹਾਂ ਦੇ ਹੱਥ 'ਚ اختیار ਹੋ ਉਹ ਚੁਗਨੀਆਂ ਪਾ ਕੇ ਬੈਠਣ ਅਸੀਂ ਕੀ ਕਰੀਏ ਹੂੰ ਬਿਲਕੁਲ ਅਸੀਂ ਸਿਰਫ ਦਿਲੋਂ ਬੁਰਾ ਕਹਿ ਸਕਦੇ ਹਾਂ ਅੱਛਾ ਜੀ ਇਸ ਤੋਂ ਇਲਾਵਾ ਇਹ ਜਿਹੜਾ ਤੁਸੀਂ ਯੰਗਸਟਰਸ ਨੂੰ ਅੱਗੇ ਨਹੀਂ ਲਿਆਏ ਇਹ ਵੀ ਤਾਂ ਤੁਹਾਡੀ ਇੱਕ ਬਹੁਤ بڑا ਡਰਾਅ ਬੈਕ ਹੈ ਕਿ ਜੇ ਤੁਸੀਂ ਨਾ ਤਜਰਬਾਕਾਰ ਬੁੱਢਿਆਂ ਦੀ ਟੀਮ ਲਾਉਂਦੇ ਅੱਗੇ ਕਿ ਉਹ ਨਾ ਤਜਰਬਾਕਾਰ ਯੰਗਸਟਰਸ ਲੈ ਹੁੰਦੇ ਯੰਗਸਟਰਸ ਮੈਂ ਇੱਕ ਤੁਹਾਨੂੰ ਐਗਜ਼ਾਮਪਲ ਦੇਣਾ ਵਾਂ ਕਿ ਮੁਰਾਦ ਸੈਦ ਉਹਦੀ ਮਿਨਿਸਟਰੀ ਚੈੱਕ ਕਰ ਲਓ ਇਸ ਪਰਫਾਰਮਿੰਗ ਵੈਰੀ ਵੈਲ ਉਹਨਾਂ ਮਾਦਜ਼ਰ ਆਇਆ ਇੰਦੀ ਤੁਸੀਂ ਚੈੱਕ ਕਰ ਲਓ ਜਿਹੜੇ ਯੰਗ ਹੈਗੇ ਮੈਂ ਜ਼ਾਤੀ ਤੌਰ ਤੇ ਅਮਾਦ ਹਜ਼ਰ ਕੋਲੋਂ ਬਹੁਤ ਇੰਪ੍ਰੈਸਡ ਹਾਂ ਇਸ ਲਈ ਕਿ ਉਹਦੇ ਪਿਓ ਦੀਆਂ ਜੀਨਸ ਜਿਹੜੀਆਂ ਨਾ ਉਹਦੇ ਚ ਬੋਲਦੀਆਂ ਨੇ ਨਜ਼ਰ ਆ ਡਿਲੀਵਰ ਕਰ ਰਿਹਾ ਨਾ ਜੀ ਚੀਜ਼ਾਂ ਨੂੰ ਨਾ ਹੋਰ ਵਕਤ ਲੱਗੇਗਾ ਹਰ ਚੀਜ਼ ਨੂੰ ਆਯੂਬ ਖਾਨ ਦੇ ਦੌਰ ਤੋਂ ਬਾਅਦ ਅਸੀਂ ਕੋਈ ਡੈਮ ਬਣਾਇਆ ਨਹੀਂ ਬਣਾਇਆ ਬਿਜਲੀ ਦੇ ਜ਼ਿੰਮੇਦਾਰ ਬੋਰਾਂ ਦੇ ਅਸੀਂ ਕਹਿੰਨੇ ਆ ਕਿ ਸਾਡੇ ਕੋਲ ਲੇਕਿਨ ਅਸੀਂ ਬਣਾਏ ਨੇ ਕੇਪੀਕੇ ਚ ਇੱਥੇ ਵੀ ਓਨ ਮਤਲਬ 10ੂ ਡੈਮ ਤੇ ਮੇਰਾ ਇੱਕ ਅਜ਼ੀਜ਼ ਹੈ ਉਹਦੀ 24 ਆਵਰ ਹੁੰਦੇ ਮੈਨੂੰ ਕਹਿੰਦਾ ਕੰਮ ਹੋ ਰਿਹਾ ਜੀ ਮੰਡਾ ਡੈਮ ਬਣਿਆ ਦੇ ਉਹਨਾਂ ਨੂੰ ਟਾਈਮ ਲੱਗਣਾ ਹੈਗਾ ਉਹ ਰਾਤੋ ਰਾਤ ਨਹੀਂ ਬਣ ਸਕਦੀਆਂ ਲੇਕਿਨ ਬਹੁਤ ਸਾਰੀ ਚੀਜ਼ਾਂ ਸਨ ਕਿ ਅਸੀਂ ਮੈਂ ਜਿਹੜੀ ਇੱਕ ਮਤਲਬ ਅੱਜ ਐਸ ਪ੍ਰੋਗਰਾਮ ਦੇ ਮناسبਤ ਦੇ ਨਾਲ ਤੁਹਾਡੇ ਨਾਲ ਖੁੱਲ ਕੇ ਜਿਹੜੀ ਗੱਲ ਕਰ ਰਿਹਾ ਅਸੀਂ ਆਪਣੀ ਯੂਥ ਨੂੰ ਉਹ ਖਾਬ ਦਿਖਾਏ ਜਿਹੜੇ ਅੱਜ ਤੋਂ ਪਹਿਲੇ ਕਿਸੇ ਨੇ ਨਹੀਂ ਦੇਖੇ ਸੀ ਨਾ ਉਹ ਸੋਚ ਸਕਦੇ ਸਨ ਬਿਲਕੁਲ ਅਨਫੋਰਚਨਟਲੀ ਅਸੀਂ ਉਸ ਦੀ ਜਿਹੜੀ ਤਾਅਵੀਰ ਹੈਗੀ ਉਹ ਇੰਨੀ ਮਜ਼ੇਦਾਰ ਨਹੀਂ ਹੈਗੀ ਕਰ ਨਹੀਂ ਸਕੇ ਕਰ ਨਹੀਂ ਸਕੇ ਕ੍ਰਿਸਟਲਾਈਜ਼ ਨਹੀਂ ਕਰ ਸਕੇ ਅੱਜ ਵੀ ਉਸੇ ਸਪਿਰਿਟ ਦੇ ਨਾਲ ਜਦੋਂ ਉਹਨਾਂ ਨੇ ਦੇਖਿਆ ਕਪਤਾਨ ਮੁਸ਼ਕਿਲ ਚੇਗਾ ਉਹ ਇਲੈਕਟੇਬਲਸ ਨਸ ਗਿਆ ਨੇ ਉਹੀ ਸਾਡੀ ਯੂਥ ਉਹੀ ਨੌਜਵਾਨ ਜਿਹੜਾ ਹੈ ਨਾ ਜਿਹੜੀ ਉਹਦੀ ਲਬਾ ਕੀਤੀ ਸੀ ਪੁਕਾ ਅੱਜ ਫਿਰ ਉਹ ਨਿਕਲਿਆ ਸੀ ਹਾਂਜੀ ਬਿਲਕੁਲ ਅੱਜ ਵੀ ਸੰਫੈਟਿਸ ਗੇਨ ਕਰਨਾ ਕਿ ਹੋਰ ਅੱਗੇ ਨੂੰ ਜਾਵਾਂਗੇ ਅੱਜ ਅਗਰ ਅਸੀਂ ਹਫਤਾਬ ਸਾਹਿਬ ਦੇ ਬੱਚੇ ਨਹੀਂ ਆ ਸਕੇ ਸਾਡੀ ਸ਼ਾਇਦ ਅਗਰ ਇਹ ਇਲੈਕਸ਼ਨ ਆਂਦਾ ਹੈਗਾ ਉਹਦੇ ਵਿੱਚ ਕੋਸ਼ਿਸ਼ ਹੋਏਗੀ ਕਿ ਆਰ ਕੀ ਦੇਖਣਗੇ ਕਿ ਜਿਹੜੇ ਪਾਰਟੀ ਦੇ ਲਾਇਲਿਸਟ ਨੇ ਅਨਨੋਨ ਬੰਦਿਆਂ ਨੂੰ ਟਿਕਟ ਅਨਨੋਨ ਬੰਦਿਆਂ ਨੂੰ ਟਿਕਟਾਂ ਦੇਾਂਗੇ ਉਹ ਤੁਹਾਨੂੰ ਜਿੱਤ ਕੇ ਦਿਖਾ ਦੇ ਉਹ ਜਿੱਤਾਂਗੇ ਵੀ ਕਿਉਂਕਿ ਇੱਥੇ ਕਲਚਰ ਪ੍ਰਮੋਟ ਹੋ ਗਿਆ ਸੀ ਸੋਰ ਸਭ ਪਿੰਡਾਂ ਦਾ ਜੇ ਜੀ ਪਿੰਡ ਦਾ ਚੌਰੀ ਹੋਵੇ ਉਹਦੇ ਕੋਲ ਪੈਸੇ ਹੋਣ ਡੇਰਦਾਰ ਹੋਵੇ ਡੰਡਾ ਪੱਟੀ ਕਾਇਮ ਹੋਵੇ ਪਿਆਰ ਨਾਲ ਮੰਗ ਲੋ ਨਹੀਂ ਕਿ ਉਹਦੇ ਕੋਲ ਡਾਂਟ ਛੋਟੀ ਨਾਲ ਵੋਟ ਮੰਗ ਲੋ ਉਹ ਖਤਮ ਹੋ ਗਿਆ ਬਿਲਕੁਲ ਬਿਲਕੁਲ ਇੰਨਾ ਕਿ ਡਿਜੀਟਲ মিডিਆ ਨੇ ਇਸ ਇਰਾ ਨੇ ਆ ਕੇ ਇਨੀ ਕ ਅਵੇਅਰਨੈਸ ਦਿੱਤੀ ਹੈਗੀ ਏ ਕਿ ਅੱਜ ਉਹ ਚੀਜ਼ ਖਤਮ ਹੁੰਦੀ ਜਾ ਰਹੀ ਹੈ ਅੱਜ ਪਾਕਿਸਤਾਨ ਦੀ ਬਰਬਾਦੀ ਦੇ ਵਿੱਚ ਅਗਰ ਲੋਕ ਕਹਿੰਦੇ ਨੇ ਕਿ ਜੀ ਪੀਟੀਆਈ ਦੇ 10% 20% ਸਾਨੂੰ ਮਹਿੰਗਾਈ ਦਾ ਤਾਨਾ ਦਿੰਦੇ ਨੇ ਅਨਫੋਰਚੂਨੇਟਲੀ ਕਿਉਂਕਿ ਮੈਂ ਇੱਕ ਓਵਰਸੀਜ਼ ਪਾਕਿਸਤਾਨੀ ਹਾਂ ਉਹਦੇ ਵਿੱਚ ਵੀ ਛੋਟੀ ਜਿਹੀ ਮੈਂ ਐਡ ਕਰਦਾ ਜਾਵਾਂ ਤੁਹਾਡੇ ਨਾਲ ਗੱਲ ਕਿ ਕੈਨੇਡਾ ਦੇ ਵਿੱਚ ਅਸੀਂ 5-6 ਡਾਲਰ ਦਾ ਗੋਭੀ ਦਾ ਇੱਕ ਫੁੱਲ ਲੈਂਦੇ ਹਾਂ ਜੀ ਪਾਕਿਸਤਾਨੀ 800 ਰੁਪਏ ਬਣਦੇ ਹੂੰ 10 ਡਾਲਰ ਦਾ ਇੱਕ ਆਲੂ ਦਾ ਬੈਗ ਆਉਂਦਾ ਉਹ ਸਾਢੇ 4 ਕਿਲੋ ਹੁੰਦੇ ਚ ਨਿਕਲਦੇ ਨੇ ਇੰਨਾ ਹੀ ਪਿਆਜ਼ ਨਿਕਲਦਾ ਹੈਗਾ 18-20 ਡਾਲਰ ਦਾ ਇੱਕ 19 ਲੀਟਰ ਦਾ ਅਸੀਂ ਕੈਨ ਲੈਂਦੇ ਹੁੰਦੇ ਸੀ ਕੁਕਿੰਗ ਆਇਲ ਦਾ ਪੰਤਰਾ ਹੀ ਡਾਲਰ ਦਾ ਹੋ ਗਿਆ ਮੈਂ ਅਕਤੂਬਰ ਚ ਆਇਆ ਲਾਸਟ ਈਅਰ ਇੱਥੇ ਉਸ ਦਿਨ ਮੈਂ ਕੋਈ 280 ਰੁਪਏ ਲੀਟਰ ਤੇਲ ਪੁਆਇਆ ਹੂੰ ਹੂੰ ਕੱਲ ਰਾਤੀ ਮੈਂ ਸਾਊਦੀ ਅਰਬ ਗੱਲ ਕਰ ਰਿਹਾ ਮੇਰੇ ਇੱਕ ਦੋਸਤ ਤੋਂ ਕਹਿੰਦਾ ਸੀ 40 50 ਰੁਪਏ ਦੇ ਟੈਂਕ ਫੁੱਲ ਹੁੰਦਾ ਸੀ ਉੱਥੋਂ ਦੇ ਅੱਜ 137 ਰੁਪਏ ਜੇ ਹੋ ਰਿਹਾ ਹਾਂਜੀ ਪੂਰੀ ਦੁਨੀਆ ਦੇ ਵਿੱਚ ਅਸੀਂ ਇਕਨੋਮਿਕਸ ਪੜ੍ਹੀ ਹੈ ਕਾਲਜ ਚ ਯੂਨੀਵਰਸਿਟੀ ਚ ਡਿਮਾਂਡ ਐਂਡ ਸਪਲਾਈ ਚੱਲਦੀ ਆ ਜੀ 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 ਡਿਮਾਂਡ ਉੱਥੇ ਹੀ ਸੀ ਸਪਲਾਈ ਬੰਦ ਹੋ ਗਈ ਕਰੋਨਾ ਦੀ ਵਜ੍ਹਾ ਤੋਂ ਬਿਲਕੁਲ ਉਸ ਦੇ ਬਾਵਜੂਦ ਵੀ ਊਡ ਯੂ ਬਲੀਵ ਕਿ ਮੈਂ ਮੇਰੇ ਉੱਤੇ ਮੈਂ ਕੰਸਟਰਕਸ਼ਨ ਕਰਾ ਰਿਹਾ ਛੋਟੀ ਜੀ ਅਸੀਂ ਪੰਜ ਛੇ ਬੰਦੇ 1000 ਰੁਪਏ ਚ ਰੋਟੀ ਖਾਣੇ ਅੱਜ ਮੈਂ ਲੈ ਕੇ ਜਾਣਾ ਹਾਂ ਜੀ ਬਿਲਕੁਲ ਖਾ ਲੈਣਾ ਅੱਜ ਦੀ ਗੱਲ ਕਰ ਰਹੇ ਹਾਂ ਜੀ ਕਮਾਲ ਹੈ 810 ਬੰਦੇ 1000 ਰੁਪਏ ਚ ਰੋਟੀ ਖਾਣੇ ਅੱਜ ਬਾਜੀ ਰੋਟੀ ਬਾਗੜੀਆਂ ਤੋਂ ਆਉਂਦੀ ਨਹੀਂ ਜੀ ਸੈਂਟਰਲ ਪਾਰਕ ਤੋਂ ਲੈ ਕੇ ਜਾਣਾ ਨਹੀਂ ਨਹੀਂ ਤੁਸੀਂ ਹਕੀਕਤ ਦੱਸ ਰਿਹਾ ਮੈਂ ਤੁਹਾਨੂੰ گوشਤ ਗੁਸਤ ਬੰਦੇ ਰੁਪਿਆ ਦਾ ਨਾ ਨਾ ਲਵੋ ਤੁਸੀਂ ਚਨੇ ਫਰੈਸ਼ ਲਵੋ ਮੈਂ ਗੱਲ ਕਰ ਰਿਹਾ ਮੈਂ ਲੈ ਕੇ ਜਾਣਾ ਉਹਨਾਂ ਨਾਲ ਬੈਠ ਮੈਂ ਵੀ ਖਾਣਾ ਮੈਨੂੰ ਤਾਂ ਕੋਈ ਨਹੀਂ ਅੱਛਾ ਵੱਡੀਆਂ ਪਾਰਟੀਆਂ ਦੀ ਗੱਲ ਹੋ ਰਹੀ ਹੈ ਤੂੰ ਜਰਾ ਚੁੱਪ ਕਰਕੇ ਬਹਿਣਾ ਬੇਟੇ ਸਾਡੀ ਪਾਰਟੀ ਤੇ ਐਸਮ ਵਕਤ ਪਾਇਆ ਮੀਆਂ ਮੁਹੰਮਦ ਸ਼ਹਾਬ ਸ਼ਰੀਫ ਵਜ਼ੀਰ-ਏ-ਆਜ਼ਮ ਵਾਹ ਸਦਕੇ ਗਿਆ ਅੱਛਾ ਫਿਰ ਵਜ਼ੀਰ ਆਜ਼ਮ ਹੋ ਕੇ ਫਿਰ ਕੀ ਕਰ ਲਿਆ ਕੀ ਬਸ ਤੁਹਾਨੂੰ ਮਹਿੰਗਾਈ ਖਤਮ ਹੋ ਗਈ ਨਹੀਂ ਇਹ ਉਹਨਾਂ ਨੇ ਕੀ ਦੀ ਹੈ ਨਾ ਖਾਂ ਤੇ ਪਾਓ ਸਾਰਾ ਕੁਝ ਹਾਏ ਜਿਹੜਾ ਆਦਤ ਜਦੀ ਇਸ ਕੌਮ ਨੂੰ ਛੱਡ ਕੇ ਆਪ ਤੁਰ ਗਿਆ ਉੱਧਰ ਅਜੇ ਵੇਖੋ ਤੁਹਾਡੀ ਜਦੋਂ ਜੁੱਤੀਆਂ 'ਚ ਦਾਲ ਵੰਡੀ ਗਈ ਨਾ ਫਿਰ ਪੁੱਛਾਂਗੇ ਤੁਹਾਡੇ ਕੋਲੋਂ ਮੇਰੇ ਸਾਹਿਬ ਇੱਧਰ ਆਓ ਨਾ ਤੁਸੀਂ ਜਿਹੜੀ ਅਸਲ ਗੱਲ ਹੈ ਕਿ ਇੱਕ ਹੋਰ ਬਹੁਤ ਬੜੀ ਬਲੰਡਰ ਤੁਹਾਡੇ ਹੱਥੋਂ ਹੋਈ ਤੁਹਾਨੂੰ ਉਹਦਾ ਅੰਦਾਜ਼ਾ ਨਹੀਂ ਕਿ ਤੁਸੀਂ ਅਗਰ ਮੈਂ ਨਹੀਂ ਕਹਿ ਰਿਹਾ ਕਿ ਤੁਸੀਂ ਇਹ ਕੰਮ ਗਲਤ ਕੀਤਾ ਬਾਜ਼ੋਕਾਤ ਤੁਸੀਂ ਗੁਰਮੀਤ ਜੀ ਕੰਮ ਠੀਕ ਕਰਦੇਓ ਤਰੀਕਾ ਗਲਤ ਹੁੰਦਾ ਜੀ ਜਾਂ ਉਹਦੀ ਜਗ੍ਹਾ ਤੇ ਉਸ ਲੂਪ ਹੋਲ ਨੂੰ ਪਲੱਗ ਕਰਨਾ ਭੁੱਲ ਜਾਂਦੇ ਹੋ ਚਾਹੇ ਚੰਗਾ ਕੰਮ ਹੀ ਕੀਤਾ ਉਹ ਮਾੜਾ ਕੰਮ شمار ਹੁੰਦਾ ਤੁਸੀਂ মিডিਆ ਨੂੰ ਮਿਸਹੈਂਡਲ ਕੀਤਾ ਹਾਂਜੀ ਬਿਲਕੁਲ ਸਹੀ ਅਗਰ মিডিਆ ਨੂੰ ਤੁਸੀਂ ਕਹਿਣਾ ਸੀ ਕਿ ਵੀ ਅਸੀਂ ਨਹੀਂ ਬਲੈਕਮੇਲ ਹੋਣਾ ਫਿਰ ਹੁੰਦਾ ਕੋ ਮਤਬਾਦਲ ਤੇ ਸੋਚਦੇ ਤੁਸੀਂ ਜੀ ਐਗਰੀਡ ਦੇਖੋ ਗਲਤੀਆਂ ਕਰਕੇ ਹੀ ਸਿੱਖਿਆ ਮੈਂ ਉਹ ਗੱਲ ਕਰਨ ਲੱਗਾ ਸੀ ਕਿ ਤਿੰਨ ਸਾਢੇ ਤਿੰਨ ਸਾਲ ਚ ਸ਼ਾਇਦ ਇੰਨੀ ਇੱਕ ਉਹਦੀ ਤਿਆਰੀ ਹੋ ਗਈ ਆ ਉਨੂੰ ਅਬਸੈਂਟ ਡਾਊਨਸ ਦਾ ਉਹਨਾਂ ਰੁਕਾਵਟਾਂ ਦਾ ਉਹਨਾਂ ਮੁਸ਼ਕਿਲਾਂਤ ਦਾ ਉਹਨਾਂ ਟੁਏ ਟਬਿਆਂ ਦਾ ਉਹਨੂੰ ਪਤਾ ਲੱਗਿਆ ਹੈਗਾ ਕਿਉਂਕਿ ਐਸ ਵਕਤ ਉਹ ਸੋਚ ਰਿਹਾ ਸੀ ਕਿ ਮੈਂ ਉੱਤੇ ਉੱਤੇ ਰਹਿ ਕੇ ਕੰਮ ਕਰ ਜਾਵਾਂਗਾ ਉਹਨੂੰ ਨਹੀਂ ਸੀ ਪਤਾ ਕਿ ਪਿੱਛੇ ਪਿੱਛੇ ਇਹ ਕੰਮ ਵੀ ਜ਼ਰੂਰੀ ਹੈਗੇ ਨੇ ਬੇਸਿਕਲੀ ਉਹ ਸਾਡੀ ਟੀਮ ਦਾ ਕੰਮ ਸੀ ਜਿਹੜਾ ਕਿ ਨਹੀਂ ਹੋ ਸਕਿਆ ਟੀਮ ਹੈਗੀ ਨਹੀਂ ਟੀਮ ਜੀ ਥੋੜੀ ਸੀ ਜਾਂ ਜ਼ਿਆਦਾ ਸੀ ਜਿਹੜੇ ਚੰਦ ਲੋਕ ਸੀ ਉਹਨਾਂ ਨੇ ਡਿਲੀਵਰ ਕੀ ਤਾਜਵੀ ਕਰਨ ਦੇ ਨੇ ਲੇਕਿਨ ਮੈਜੋਰਟੀ ਦੇ ਵਿੱਚ ਸਾਡੇ ਕੋਲ ਉਹ ਚੀਜ਼ ਡਿਲੀਵਰ ਨਹੀਂ ਹੋ ਸਕੀ ਉਹਦੀ ਇੱਕ ਵਜ੍ਹਾ ਹੈਗੀ ਸੀ ਆਫਤਬ ਸਾਹਿਬ ਤੁਸੀਂ ਮੇਰੇ ਤੋਂ ਮਾਸ਼ਾਅੱਲਾ ਬੜੇ ਸੀਨੀਅਰ ਤੇ ਮਤਲਬ ਕਿ ਮੰਜੇ ਹੋਏ ਸਾਡੇ ਇੱਕ ਪਾਕਿਸਤਾਨ ਦੇ ਨਾਮਵਰ মিডিਆ ਮੈਨੋ ਤੁਹਾਡੇ ਕੋਲੋਂ ਮਤਲਬ ਕਿ ਗੱਲ ਕਰਨਾ ਇੱਕ ਸੂਰਜ ਨੂੰ ਚਿਰਾਗ ਦਿਖਾਉਣ ਦੇ ਮਤਰਾਦੀਫ ਹੈਗਾ ਗੱਲ ਇੰਨੀ ਕੀ ਹੈ ਕਿ ਜਦੋਂ ਅਸੀਂ ਸਮਝਦੇ ਹਾਂ ਕਿ ਅਸੀਂ মিডিਆ ਨੂੰ ਐਥੀਟਿਕਰ ਲਿਆਣਾ ਸੀ ਇਹ ਉਹੀ মিডিਆ ਸੀ ਜਿੰਨੇ ਖਾਨ ਨੂੰ ਐਥੀਟਿਕਰ ਪਹੁੰਚਾਇਆ ਸੀ ਬਿਲਕੁਲ ਸਹੀ ਹੈ ਖਾਨ ਦਾ মিডিਆ ਨੇ ਜਿੰਨਾ ਸਾਥ ਦਿੱਤਾ ਮੈਨੂੰ ਪਤਾ ਹੈਗਾ ਅਸੀਂ ਧਰਨੇ 'ਚ ਖੜੇ ਰਹੇ ਹਾਂ ਮੀਡੀਆ ਨੇ ਜਿਸ ਨਾਲ سپورਟ ਕੀਤਾ ਹੈਗਾ ਬੇਲੋਸ ਤਾਂ ਕੋਈ ਤਵਕਕਤ ਨਹੀਂ ਰੱਖ ਸਕਦਾ ਕਿ ਕਿਸੇ ਨੂੰ ਕੁਝ ਦੇ ਦੇਗਾ ਨਾ ਕੱਲ ਨਾ ਅੱਜ ਸਹੀ ਗੱਲ ਪਰ ਨਾ ਆਉਣ ਵਾਲੇ ਕੱਲ ਸਰ ਜੀ ਬੜੀ ਗੱਲ ਹੈ ਕਿ ਕੋਈ ਬੰਦਾ ਗਲਤ ਹੀ ਕਰਕੇ ਉਹਨੂੰ ਮੰਨ ਰਿਹਾ ਜੀ ਪਾਸਟ ਕੀ ਹੁੰਦਾ ਹੈ ਤੁਹਾਡੇ ਸਾਹਮਣੇ ਦੇਖਣਾ ਇਹ ਕਿ ਕਪਤਾਨ ਵੀ ਮੰਨਦਾ ਹੈ ਕਿ ਨਹੀਂ ਕਿਉਂਕਿ ਅਜੇ ਤੇ ਉਹ ਸਿਚੁਏਸ਼ਨ ਕੰਟੀਨਿਊ ਕਰ ਰਹੀ ਹੈ ਹਮ ਅਜੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਕਿ ਆਉਣ ਵਾਲੇ ਦਿਨਾਂ 'ਚ ਕੀ ਹੋਣਾ ਹੈ ਲੇਕਿਨ ਮੈਂ ਪਹਿਲੇ ਦਿਨ ਤੋਂ ਅਸੀਂ ਜਦੋਂ ਖਬਰ ਹਾਰ ਕਰਨੇ ਆ ਤੁਸੀਂ ਸਾਰੇ ਉਸੇ ਟੀਮ ਦਾ ਹਿੱਸਾ ਹੋ ਮੈਂ ਪਹਿਲੇ ਦਿਨ ਤੋਂ ਇੱਕੋ ਗੱਲ ਨਹੀਂ ਕਰਦਾ ਪਿਆ ਕਿ ਖਾਨ ਹੈਸ ਨਥਿੰਗ ਟੂ ਲੂਜ਼ ਬਿਲਕੁਲ ਹੀ ਇਜ਼ ਗੇਨਿੰਗ ਬਾਈ ਦਾ ਆਵਰ ਹਾਂਜੀ ਬਿਲਕੁਲ ਔਰ ਤੁਸੀਂ ਇਹ ਰਿਜ਼ਲਟ ਦੇਖ ਲਿਆ ਇਹ 32 ਸੀਟਾਂ ਜਿਹੜੀਆਂ ਇਹਨਾਂ ਨੂੰ ਮਿਲੀਆਂ ਨਾ ਕੇਪੀ ਐਚ ਇਹ ਪ੍ਰੀਐਮਪਟ ਕੀਤਾ ਸੀ ਕਿ 24 25 ਤੋਂ ਜ਼ਿਆਦਾ ਨਹੀਂ ਸਨੇਗੀਆਂ ਵਾਹ ਹੁਣ 32 ਤੇ ਆ ਗਈਆਂ ਨੇ ਵਾਹ ਵਾਹ ਤੁਸੀਂ ਦੇਖੋ ਨਾ ਕਿ ਹਮਦਰਦੀ ਦਾ ਗ੍ਰਾਫ ਵੀ ਇੱਕ ਚੀਜ਼ ਹੁੰਦੀ ਹੈ ਮੁਹੱਬਤ ਦਾ ਗ੍ਰਾਫ ਕਮਿਟਮੈਂਟ ਦਾ ਗ੍ਰਾਫ ਔਰ ਸੱਚ ਜ਼ਰਾ ਵੀ ਕਮੀ ਨਹੀਂ ਆਈ। ਕੇਪੀਕੇ ਇੱਕ واحد ਪਾਕਿਸਤਾਨ ਪੂਰੇ ਦਾ ਸੂਬਾ ਹੈਗਾ। ਇੱਕ ਹਕੂਮਤ ਕਰਦਾ ਦੂਜੀ ਦਫਾ ਚੇਂਜ ਕਰ ਦਿੰਦੇ ਨੇ। ਹਾਂਜੀ। ਉਹਨਾਂ ਦਾ ਜਿਹੜਾ ਪੋਲਿਟੀਕਲ ਵਿਜ਼ਨ ਐਜ਼ ਕੰਪੇਅਰ ਟੂ ਬਾਕੀ ਸੂਬਿਆਂ ਦਾ ਬਹੁਤ ਵਧੀਆ ਹੈਗਾ। ਅਸੀਂ ਦੂਜੀ ਦਫਾ ਹੈ ਬਲਦੀਆਤ ਦੇ ਵਿੱਚ ਆਏ। ਇਨਸ਼ਾਅੱਲਾ ਤਾਲਾ ਹੈਟ੍ਰਿਕ ਵੀ ਉੱਥੋਂ ਹੋਣੀ ਹੈ। ਇਨਸ਼ਾਅੱਲਾ। ਇਨਸ਼ਾਅੱਲਾ। ਠੀਕ ਹੈ ਜੀ। ਹੁਣ ਸਰ ਜਿਹੜੇ ਬਲੰਡਰ ਨੇ ਆਪਾਂ ਇਨਸ਼ਾਅੱਲਾ ਪਤਾ ਕਿਉਂ ਕਹਿ ਰਹੇ ਆ। ਸਿਰਫ ਇਸ ਲਈ ਨਹੀਂ ਕਿ ਅਸੀਂ ਸਿਰਫ ਅੱਖਾਂ ਬੰਦ ਕਰਕੇ ਦੇਖੋ ਡਾਈ ਹਾਰਡ ਫਾਲੋਅਰ ਕਪਤਾਨ ਦੇ ਤੁਸੀਂ ਹੈਗੇ ਹੋ ਅਸੀਂ ਉਹਨਾਂ ਦੇ ਸਪੋਰਟਰ ਹੈਗੇ ਆ ਬਿਲਕੁਲ ਸਾਡਾ ਅਜੇ ਵੀ ਮੈਂ ਸਮਝਦਾ ਹੀਰੋ ਹੈਗਾ ਨੰਬਰ 1 ਕਿ ਸਾਡਾ ক্রিকেট ਦਾ ਹੀਰੋ ਹੈ ਨੰਬਰ 2 ਉਹ ਇੱਕ ਅਪਰਾਈਟ ਪ੍ਰਾਈਮ ਮਿਨਿਸਟਰ ਹੈ ਬਿਲਕੁਲ ਦੇਖੋ ਪਰਵੇਜ਼ ਲਾਈ ਨੇ ਬੜਾ ਹੀ ਤਲਖ ਔਰ ਮੈਂ ਸਮਝਦਾ ਬੜਾ ਬਿਟਰ ਇੰਟਰਵਿਊ ਦਿੱਤਾ ਇੱਕ ਟੀਵੀ ਚੈਨਲ ਤੇ ਔਰ ਅਗਲੇ ਦਿਨ ਗੁਫਤਗੂਜ ਗੱਲਾਂ ਕਰਦੇ ਕਰਦੇ ਸ਼ਾਇਦ ਉਹਦੇ ਮੂੰਹ ਨਿਕਲ ਗਿਆ

ਉਹ ਬੈਯਰ ਖਾਨ ਨੂੰ ਨਾ ਹਲਦ ਕਰ ਤਤੀਵਾ ਲੱਗੀ ਜੀ ਸਾਡੇ ਕਪਤਾਨ ਨੂੰ ਤੇ ਨਾ ਹੀ ਅਗੋ ਲਗਣੀ ਜੇ ਇਹ ਗੱਲ ਆਪਣੀ ਜ਼ੇਨ ਚ ਰੱਖਣੀ ਹੈ ਤੁਸੀਂ ਬਸ ਠੀਕ ਉਹਨੂੰ ਸਾਹਮ ਸਾਹ ਰੱਖੀ ਜਾਓ ਉਹ ਤੇ ਇਸ ਤਰ੍ਹਾਂ ਹੁੰਦਾ ਨਾ ਐ ਜਿਸ ਤਰੀਕੇ ਦੇ ਨਾਲ ਉਹਨੂੰ ਉਤਾਰਿਆ ਗਿਆ ਤੁਸੀਂ ਅਗਰ ਇਲੈਕਸ਼ਨ ਕਰਵਾ ਦਿੰਦੇ ਨਾ ਹਾਂਜੀ Imran ਨੇ ਇਸ ਤੋਂ ਜ਼ਿਆਦਾ ਆਸਾਨੀ ਨਾਲ ਫਰਕ ਹੋ ਜਾਣਾ ਸੀ ਹੁੰਦੀ ਜ਼ਮਾਨਤ ਸ਼ਾਇਦ ਜ਼ਬਤ ਹੋ ਜਾਂਦੀ ਹਾਂਜੀ ਹੁਣ ਤਾਂ ਲੇਕਿਨ ਤੁਸੀਂ ਐਸੇ ਬੇਵਕੂਫ ਔਰ ਜਲਦਬਾਜ਼ ਹੋ ਗਏ ਹੋ ਤੁਸੀਂ ਉਹਦਾ ਸਾਰਾ ਗੰਦ ਆਪਣੇ ਉੱਤੇ ਸੁੱਟ ਲਿਆ ਜੀ ਔਰ ਉਹਨੂੰ ਨਾਤਾ ਤੋਤਾ ਹੀਰੋ ਫਿਰ ਬਣਾਤਾ ਅੱਜ ਇਲੈਕਸ਼ਨ ਕਰਵਾਓ ਅੱਜ ਕਰਾਓ ਇਲੈਕਸ਼ਨ ਕਰਾਈਏ ਅ ਇਲੈਕਸ਼ਨ ਟਾਈਮਸ ਹੀ ਰੋਇਆ ਸੈਦ ਭਾਈ ਇਲੈਕਸ਼ਨ ਤੇ ਕਰਾਣਾ ਪੈਣਾ ਐਸ ਤਰ੍ਹਾਂ ਹੀ ਜੀ ਉਹ ਤੇ 10 ਦਿਨਾਂ ਵਿੱਚ ਕਰਾਓ 20 ਵਿੱਚ ਕਰਾਓ 6 ਮਹੀਨੇ ਵਿੱਚ ਕਰਾਓ 3 ਮਹੀਨੇ ਵਿੱਚ ਕਰਾਓ ਇਲੈਕਸ਼ਨ ਕਰਾਣਾ ਪੈਣਾ ਤੇ ਜਿਸ ਦਿਨ ਅਗਲਾ ਇਲੈਕਸ਼ਨ ਆਇਆ ਤੇ ਤੁਮ ਤਾਂ ਪੁੱਛਸਾ ਸਾਡੇ ਵੀ ਦਿਲ ਤੇ ਉਹਦੋਂ ਛੁਰੀਆਂ ਚੱਲਦੀਆਂ ਸੀ ਜਿਵੇਂ ਹੁਣ ਤੁਹਾਡੇ ਚੱਲਣੀਆਂ जो मिया साहब कहते मुझे क्यों निकाला भी थे ये दस रहे मुझे यू निकाला एडे शेर सो तो मेरा मुकाबला कर दे दो नंबर ही की पैसा खर्च करके चंद बंद रहे 3035 ਤੁਹਾਡੀ ਸਿਆਸਤ ਦੇ ਨਾਲ ਚਮੜੇ ਹੋਏ ਨੇ ਡੇ ਬੰਦ ਤੋਂ ਹਾਏ ਹਾਏ ਔਰ ਉਹ نسلਦਰ نسل ਚਲਦੇ ਨੇ ਪਿਛਲੀ نسل ਬਾਂਦਰਾਂ ਦੀ ਹੋਰ ਸੀ ਲੇਕਿਨ ਇਹਨਾਂ ਦਾ ਡੀਐਨਏ ਇੱਕੋ ਹੀ ਹੈ ਹਰ ਦੌਰ ਤੇ ਇਹ ਵਕਾਊ ਮਾਲ ਹੁੰਦਾ ਦੇਖੋ ਸੀ ਤੁਹਾਡੀ ਗੱਲ ਵੱਡੀ ਕਰ ਰਹੇ ਹਾਂ ਸਹੀ ਗੱਲ ਹੈ 3035 ਬਾਂਦਰ ਨੇ ਤੇ ਦਰਹਦੈਣਾ ਕੋ ਇੱਕ ਏ

जिंदा ना हैं गो के वो थोड़ा रूड हो जाता है इसलिए कि ट्रेनिंग नहीं बेचारे की समझ गया वो बड़ा है वाँ। वाँ। और अगला वोट पहले तो उन्हें वोट आप दिता ना खुद जी जी। अपनी पसंद वोट दे के आया जी मैं और सारे ने दसा जी अनेक कप्तानी अपने की पूरे टब्बर का वोट पवाना जी बिलकुल आखना बाबा तू कि चकर इधर आ वोट पा हाँ। ਯਾ ਮਰ ਨਾ ਰੀਜ਼ਨਿੰਗ ਕਰ ਮੈਨੂੰ ਕਨਵਿੰਸ ਕਰ ਦੇ ਯਾ ਮੇਰਾ ਵੋਟ ਲੱਲ ਹੈ ਯਾ ਆਪਣਾ ਵੋਟ ਦੇ ਦੇ ਤੇ ਜਬਾਬੇ ਨੇ ਵੋਟ ਦੇ ਦਿੱਤਾ ਤਾਂ ਸਾਰੇ ਟੱਬਰ ਨੇ ਦੇ ਦਿੱਤਾ ਇੱਥੇ ਖੁਦਦਾਰੀ ਦਾ ਨੈਰੇਟਿਵ ਬੜਾ ਜ਼ਬਰਦਸਤ ਦਿੱਤਾ ਜੀ ਕਿਉਂਕਿ ਉਹ ਨੈਰੇਟਿਵ ਐਸਾ ਹੈ ਕਿ ਜਿਹਦੇ ਨਾਲ ਤੁਸੀਂ ਆਪਣੇ ਆਪ ਨੂੰ ਪਛਾਣ ਸਕਦੇ ਹੋ ਕੋਈ ਸ਼ੱਕ ਨਹੀਂ ਇਹ ਧਰਤੀ ਐਸੀ ਹੈ ਖਿੱਤਾ ਐਸਾ ਹੈ ਗੁਰਮੀਤ ਜੀ ਮੈਂ ਕਿਸੇ ਹੱਦ ਤੱਕ ਡਿਸਐਗਰੀ ਕਰਾਂਗਾ ਉਹਨੇ ਸੈਦ ਮੀਆ ਸਾਹਿਬ ਨਾਲ ਗੱਪਸ਼ਪ ਹੋ ਰਹੀ ਸੀ ਤੇ ਕਹਿ ਰਹੇ ਸਨ ਕਿ ਇਹ ਜਿਹੜੇ ਆਦਰਸ਼ ਨੇ ਨਾ ਇਹ ਬੜੇ ਗੋਲਡਨ ਪ੍ਰਿੰਸੀਪਲਸ ਆਫ ਲਾਈਫ ये मेरे और तो हो सकते हैं आम आदमी की उस तक रसाई नहीं।, नहीं वो गरीब सवेर तो लैके रात तक रोजी रोटी दे ऐसे विशेष सर्कल तो नहीं निकलता लेकिन एक चीज़ है अगर तारीख पढ़ी हो ना तो इस खिते खसूसियत है कि ये हमेशा बागी खड़ा हो जाता जिन्हें बगावत की खड़ा हो जाता तो और सब तो व्डा तुरप का पत्ता है जेड़ा इमरान ने खुद नहीं चलिया अल्लाह ने चलवाया। लो जी दोस्तों हूँ अलो सुफियाना कलाम सुनने होना ਹਰ ਦਾਤ ਉਸ ਦਾ ਨਾਮ ਚਤਾਰਣ ਵਾਲਾ ਕਿਸੇ ਮੈਦਾਨ ਨਾ ਹਰ ਦਾਤ ਹੋ ਉਸ ਦਾ ਨਾਮ ਚਤਾਰਣ ਵਾਲਾ ਕਿਸੇ ਮੈਦਾਨ ਨਾ ਹਰ ਰਹਮਤ ਦਾ ਦਰਿਆ ਇਲਾਹੀ ਹਰ ਦਮ ਵਗਦਾ ਤੇਰਾ ਜੇ ਇੱਕ ਕਤਰਾ ਬਖਸ਼ ਮੈਨੂੰ ਕਮ ਬਣ ਜਾਂਦਾ ਮੇਰਾ ਹਾ ਜੇ ਇੱਕ ਕਤਰਾ ਸ਼ੇ ਮੈਨੂੰ ਕਮ ਬਣ ਜਾਦਾ ਮੇਰਾ ਹੱਸ ਹੱਸ ਜਿੰਨਾ ਕਦਰ ਨਾ ਮੇਰਾ ਤੇ ਮੇਰੇ ਸਾਹਿਬ

ਪਾਣੀ ਦੇਣਾ ਪਰ ਪਰਮਸ਼ਕਾਂ ਪਾਵੇ ਮਾਲਕ ਦਾ ਕਮ ਫਲ ਫੁੱਲ ਲਾਣਾ ਬੁਲਾਵੇ ਜਾਂ ਨਾ ਲਾਵੇ ਮਾਲਕ ਦਾ ਕਮ ਫਲ ਫੁੱਲ ਲਾਣਾ ਬੁਲਾਵੇ ਜਾਂ ਨਾ ਲਾਵੇ ਸੁਭਾਨ ਅੱਲ੍ਹਾ